ਦੋਸਤੋ ਜਨਾਬ ਤੁਸੀਂ ਹੋ ਸਾਡੇ, ਮੈਂ ਤਾਂ ਸਿਰਫ ਵਰਕਰ ਹਾਂ, ਸੋਸ਼ਲ ਵਰਕਰ ਮੈਂ ਬਣਾ ਰਿਹਾ। ਅੱਛਾ ਮੈਨੂੰ ਯਾਦ ਆਇਆ, ਗੱਲ ਹਾਸੇ ਵਾਲੀ ਨਹੀਂ, ਵੈਸੇ ਮੈਂ ਪੌਜ਼ ਲਿਆ ਥੋੜ੍ਹਾ ਜਿਹਾ। ਅੱਛਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੈਂ ਐਸਾ ਸੋਸ਼ਲ ਵਰਕਰ ਰਿਹਾ ਨਾ, ਮਤਲਬ ਅੱਧੀ ਰਾਤ ਨੂੰ ਮੈਂ ਕਈ ਵਾਰ ਉਹ ਜਿਹਾ ਕੰਬਲ ਨਹੀਂ ਵੰਡਦੇ ਲੋਕ, ਜਿਹੜੇ ਕੰਬਲ ਵੰਡਦੇ, ਮੈਂ ਕਈ ਵਾਰ ਚੁੱਕੇ ਮਿੱਤਰਾਂ ਨੂੰ ਦਿਲ ਦੇ ਦਿਲ ਦੇ ਦਿਲ। ਲੈ ਚੰਗਾ ਭਲਾ ਦਿਲ ਆ ਉਹਨੂੰ, ਉਹ ਦਿਲ ਹੀ ਮੋੜ ਕੇ ਆਇਆ ਕਰਤਾ ਜੀ ਬੇਟਾ, ਦਿਲ ਏਦਾਂ ਦਾ ਹੁੰਦਾ ਤੁਸੀਂ ਤੇ ਹੋਰ ਹੀ ਕੁਛ ਬਣਾਓ। ਦੁਲ ਦੁਲ ਇਹ ਦਿਲ ਕੀ ਮਤਲਬ ਕਿਸੇ ਪੈਪ ਚੋਂ ਆਉਣਾ? ਨਹੀਂ ਜੀ ਬੇਟਾ, ਮਿਊਨਸੀਪੈਲਿਟੀ ਦੀ ਸਭ ਤੋਂ ਨਿੱਕੀ ਤੇ ਸਭ ਤੋਂ ਗੰਦੀ ਪੈਪ ਵਰਗਾ ਮੂੰਹ ਆ ਤੇਰਾ। ਚਲੋ ਚਲੋ, ਮੇਰੇ ਦਿਮਾਗ 'ਚ ਗੱਲ ਮੈਨੂੰ ਲੱਗਾ ਹੋ ਸਕਦਾ ਏਦਾਂ। ਚਲੋ ਪਹਿਲੇ ਮੇਰੇ ਵੱਲ ਤੋਂ ਤੁਹਾਨੂੰ ਜੈ ਹਿੰਦ ਜਨਾਬ। ਜੈ ਹਿੰਦ ਜੈ ਹਿੰਦ, ਹੋਰ ਸੁਣਾ ਠੀਕ ਹੈ ਤੂੰ? ਮੈਂ ਬਹੁਤ ਵਧੀਆ। ਉਹ ਤੇਰੀ ਸਿਸਟਰ ਕਿੱਥੇ ਗਈ ਆ? ਕੀ ਉਹ ਬਾਹਰ ਕਿਤੇ ਉਹ ਸੀ ਫੂਡ ਤੇ ਨਹੀਂ ਵੇਚਣ ਲੱਗ ਪਈ? ਨਹੀਂ, ਵੱਡੀ ਜਿਹੀ ਗੋਲ ਜਿਹੀ ਟੋਪੀ ਪਾ ਕੇ। ਐਵੇਂ ਤਾਂ ਨਹੀਂ ਹੈ, ਪਰ ਦੀਦੀ ਦਾ ਫੋਨ ਹੀ ਨਹੀਂ ਆਇਆ ਮੈਨੂੰ, ਪਤਾ ਨਹੀਂ ਕਿੱਥੇ ਗੁੰਮ ਹੋ ਗਈ ਦੀਦੀ। ਵਾਹ ਜੀ ਵਾਹ, ਦੀਦੀ ਦਾ ਫੋਨ ਕਿੱਥੋਂ ਆਣਾ? ਦੀਦੀ ਕੋਲ ਆਪਣੇ ਕੋਲ ਹੈ ਨਹੀਂ, ਬਾਹਰੋਂ ਕਿਤੇ ਚੋਰੀ ਕਰਾ ਲਈ। ਉਹ ਜਨਾਬ, ਵਾਹ ਜੀ ਵਾਹ ਸਰ, ਕਦੇ ਇਦਾਂ ਹੋ ਸਕਦਾ ਕਿ ਤੁਸੀਂ ਪਹਿਲਾਂ ਆ ਕੇ ਇੱਥੇ ਮਤਲਬ ਲੋਕਾਂ ਨਾਲ ਗੱਲ ਕਰੋ ਤੇ ਸਾਨੂੰ ਵੀ ਥੋੜੀ ਜਿਹੀ ਰਿਲੈਕਸ ਦਿਓ? ਤੁਸੀਂ ਬਾਹਰ ਹੀ ਬਕਵਾਸ ਕਰਦੇ ਰਹੇ ਨੇ। ਜੈ ਹਿੰਦ ਜਨਾਬ, ਪਹਿਲਾਂ ਤਾਂ ਜੈ ਹਿੰਦ ਜੈ ਹਿੰਦ, ਕੀ ਹਾਲ ਚਾਲ? ਮੈਨੂੰ ਆਇਆ ਸੀ ਉਹ ਭੈਣ ਜੀ ਦਾ ਫੋਨ। ਕਿਹਦੀ ਭੈਣ ਜੀ? ਉਹ ਆਪਣੀ ਇਹਨਾਂ ਦੀ ਛੋਟੀ ਭੈਣ ਦਾ। ਅੱਛਾ ਅੱਛਾ, ਲਵ ਯੂ ਦਾ ਫੋਨ ਤੈਨੂੰ ਆਇਆ ਸੀ? ਦੇਖੋ ਵੀ ਮੈਨੂੰ ਫੋਨ ਕੀਤਾ ਨਹੀਂ, ਲਵ ਯੂ ਨੇ ਸ਼ਿੰਦੇ ਨੂੰ ਫੋਨ ਕੀਤਾ ਸੀ। ਹਾਂ ਅੱਛਾ, ਫੇਰ ਕੀ ਕਹਿੰਦੀ ਤੈਨੂੰ? ਕਹਿੰਦੀ ਯੁਗਾਂਡਾ 'ਚ ਸ਼ਾਪਿੰਗ ਕਰਨ ਡਈ ਆ। ਯੁਗਾਂਡਾ 'ਚ ਸ਼ਾਪਿੰਗ ਕਰਨ ਡਈ? ਵਾਹ ਜੀ ਵਾਹ, ਉੱਥੇ ਕੀ ਪਤੇ ਦੀ ਡਰੈਸ ਲੈਣ ਡਈ ਹੈ? ਹੁਣ ਮੈਨੂੰ ਕੀ ਪਤਾ, ਬਸ ਉਹਨਾਂ ਜਿੰਨੀ ਕੀ ਗੱਲ ਮੈਨੂੰ ਪਤਾ ਲੱਗੀ ਮੈਂ ਤੁਹਾਨੂੰ ਦੱਸਤਾ। ਉਹ ਬੇਟਾ, ਜਦੋਂ ਉਹਨੇ ਕਿਹਾ ਮੈਂ ਯੁਗਾਂਡਾ 'ਚ ਸ਼ਾਪਿੰਗ ਕਰ ਰਹੀ ਹਾਂ, ਤੇ ਤੈਨੂੰ ਪਤਾ ਹੈ ਕਿ ਇਹ ਦੇਸ਼ ਕਿੱਥੇ ਹੈ ਕਿ ਤੂੰ ਉਦਾਂ ਹੀ ਬਸ ਆਪਣੇ ਵੱਲੋਂ ਹੀ ਆ ਜੀ? ਕੱਖੂ ਨੰਗਲ ਕੋਲੇ। ਕਿਹੜਾ ਨੰਗਲ? ਕੱਖੂ ਨੰਗਲ। ਉਹ ਪੁੱਤਰ ਮੇਰੇ ਕੱਥੂ ਨੰਗਲ ਆ ਉਹ ਤੇਰੇ ਨਾਲ ਥੋੜਾ ਵੱਡਾ ਕੱਥੂ ਆ ਉਹਨਾਂ ਦਾ ਕੱਥੂ ਨੰਗਲ। ਤੂੰ ਜਦੋਂ ਦਾ ਇੱਥੇ ਆਇਆ ਨਾ ਪੁੱਤਰ, ਇਸ ਥਾਣੇ ਦਾ ਮੰਗਲ ਨਹੀਂ ਹੋਇਆ ਕਦੇ, ਐਸੇ ਤੈਨੂੰ ਮੈਂ ਕੱਥੂ ਨੰਗਲ ਛੱਡ ਕੇ ਆਉਣਾ ਨਾ। ਕੱਥੂ ਨੰਗਲ ਤੋਂ ਵੇਰਕਾ ਪੈਦਲ ਗਿਆ ਤੇ ਜੋ ਮਰਜ਼ੀ ਕਹੀ, ਕੈਸਾ ਜੈਂਤੀਪੁਰ ਵਰਗਾ ਮੂੰਹ ਆ ਤੇਰਾ। ਸਰ ਵੈਸੇ ਤੁਸੀਂ ਗੱਲ ਨੋਟ ਕੀਤੀ? ਨਹੀਂ ਮੈਂ ਨੋਟ ਨਹੀਂ ਕਰਦਾ, ਮੈਨੂੰ ਮੈਂ ਪੈਸੇ ਕਰਦਾ ਸਿਰਫ। ਨਹੀਂ ਵੈਸੇ ਤੁਸੀਂ ਨੋਟ ਨਹੀਂ ਕੀਤਾ, ਮੈਂ ਜਲਦੀ ਆਈ ਅੱਜ। ਇਹ ਜਲਦੀ ਆਈ ਹੈ? ਤੁਸੀਂ ਮਤਲਬ ਮੈਂ ਪਹਿਲੇ ਆਇਆ ਉਸ ਤੋਂ ਬਾਅਦ ਤੂੰ ਆਈ ਹੈ, ਉਸ ਤੋਂ ਬਾਅਦ ਤੂੰ ਜਲਦੀ ਆ ਗਈ ਬਈ? ਵਾਹ ਵਾਹ ਬੇਟਾ, ਕਿਹੜਾ ਘੜੀ ਦਾ ਚੱਕਰ ਹੈ ਜਿਹੜਾ ਤੁਹਾਡੇ ਹਿਸਾਬ ਨਾਲ ਤੁਸੀਂ ਆਪਣੇ ਹਿਸਾਬ ਨਾਲ ਸੂਈਆਂ ਕੀਤੀਆਂ ਹੀ। ਪਰ ਸਰ ਜੀ ਤੁਸੀਂ ਮੈਨੂੰ ਕੰਪਲੇਂਟ ਕਰਦੇ ਹੋ, ਅੱਜ ਤੇ ਮੈਂ ਜਲਦੀ ਆਈ ਆ। ਯਾਰ ਤੂੰ ਅੱਜ ਤੂੰ ਕੌਣ ਤੂੰ ਅੱਜ ਕੀ ਬੋਲਦੀ ਸੀ ਜੋ ਅੱਜ ਗੱਲ ਤੈਨੂੰ ਪਤਾ ਲੱਗਦੀ? ਸਰ ਇਹ ਐਕਸੀਡੈਂਟ ਹੈ ਮੇਰਾ। ਵਾਹ ਜੀ ਵਾਹ, ਐਕਸੀਡੈਂਟਰ ਦਾ ਤੁਹਾਡਾ ਮੂੰਹ ਹੈ ਤੇ ਐਕਸੀਡੈਂਟ ਆ ਤੁਹਾਡਾ। ਚਲੋ ਤੁਹਾਡੀ ਮੰਨ ਲੈਂਦੇ ਹਾਂ ਫਿਰ। ਹਾਂ ਮੰਨ ਲੈਂਦੇ ਹਾਂ ਬੇਟਾ, ਮੰਨਣੀ ਪੈਣੀ ਅਫਸਰ ਮੈਂ ਇੱਥੇ। ਸਰ ਵੈਸੇ ਮੈਂ ਕੱਲ੍ਹ ਮੈਂ ਇੱਕ ਹੋਰ ਨੋਟ ਕੀਤੀ ਅੱਜ। ਬਾਬਾ ਨੋਟ ਬਹੁਤ ਕਰਨੀ ਹੈ, ਇਕੱਠੇ ਨਹੀਂ ਕੀਤੇ ਕਦੀ ਤੂੰ। ਮੈਂ ਇੱਕ ਦਿਨ ਇਕੱਠੀ ਵੀ ਕਰ ਲਾਂਗੀ। ਹਾਂ ਦੱਸ, ਜੂਣਾ ਕਿਉਂ ਨਹੀਂ ਅੱਜ ਇੱਥੇ ਆਇਆ ਜਲਦੀ? ਦਿਲ ਵਿੱਚ ਵੱਸਦਾ ਸੱਜਣਾ ਆਵੇ ਰਹਿਣਾ ਅੱਖੀਆਂ ਤੋਂ ਦੂਰ, ਤੂੰ ਕੀ ਜਾਣੇ ਮੈਂ ਕਿੰਨੀ ਮਜਬੂਰ। ਸੋਰੀ ਸਰ। ਉਹ ਪੁੱਤਰ, ਉਹ ਟਾਂਗੇ ਦੇ ਨਹੀਂ ਲੱਗਾ ਹੁੰਦਾ ਅੱਗੇ? ਟਾਂਗੇ ਦੇ ਨਹੀਂ, ਘੋੜੇ ਤੇ ਲੱਗਾ ਹੁੰਦਾ ਜੀ। ਬਹੁਤ ਅੱਛਾ, ਅੱਖਾਂ ਅੱਗੇ? ਹਾਂ ਘੋੜੇ ਤੇ ਲੱਗਾ ਹੁੰਦਾ, ਸੋਰੀ ਮੇਰੀ ਮਿਸਟੇਕ ਸੀਗੀ। ਤੇ ਟਾਂਗੇ ਤੇ ਤੇ ਇੱਕ ਚੀਜ਼ ਲੱਗੀ ਹੁੰਦੀ ਹੈ ਨਾ, ਉਹ ਜਿੱਤੇ ਪੈਰ ਰੱਖ ਕੇ ਉੱਤੇ ਚੜ੍ਹਦੇ ਆ। ਹਾਂ ਜੀ। ਹਾਂ ਪੁੱਤਰ, ਉਹਦੇ ਅਰਗਾ ਮੂੰਹ ਆ ਪੁੱਤਰ ਤੇਰਾ। ਓਏ ਉਹ ਮੇਰੀ ਗੱਲ ਸੁਣ, ਓਏ ਇੱਥੇ ਅੰਨਾ ਹੋਇਆ ਫਿਰਦਾ ਹੈ, ਮੈਂ ਜ਼ੋਰ ਲਾ ਰਿਹਾ ਸੀ ਤਾਂ ਕਰਕੇ ਫਿਰ ਉੱਤੇ ਮੂੰਹ ਦੇਖਿਆ ਗਿਆ ਉੱਤੇ ਨਾਲ ਮੂੰਹ। ਵੈਸੇ ਜੂਨੀਅਰ ਤੇਰੀ ਉਮਰ ਬੜੀ ਲੰਬੀ ਹੈ, ਜ਼ੋਰ ਲਾਣੇ ਨਿਕਰ ਤੇ ਨਹੀਂ ਭਰਤੀ ਕਿਤੇ? ਨਹੀਂ ਨਹੀਂ, ਹੈ ਉਹ ਵਾਲਾ ਜ਼ੋਰ ਨਹੀਂ ਲਾਣ ਦਿਆ ਮੈਂ। ਤੇਰਾ ਪਤਾ ਨਹੀਂ ਨਾ ਪੁੱਤਰ, ਸਾਰਾ ਇਕੱਠਾ ਹੈ ਕਿੰਨਾ ਕੁ ਤੂੰ, ਇੰਨਾ ਕੁ ਜ਼ੋਰ ਲਾਇਆ ਤੇ ਬਸ। ਮੈਂ ਗਾਣ 'ਚ ਜ਼ੋਰ ਲਾਣ ਦਿਆ ਸੀ, ਗਾਣੇ ਗਾਣ 'ਚ। ਗਾਣ ਮਤਲਬ ਤੂੰ ਕੀ ਚਾਹੁੰਦਾ, ਸਿੰਗਰ ਬਣਨਾ ਚਾਹੁੰਦਾ ਤੂੰ? ਜੇ ਬਣ ਜੀਏ ਤੇ ਕੀ ਮਾੜਾ ਜੀ? ਪੁੱਤਰ ਮਾੜਾ ਹੀ ਮਾੜਾ, ਤੇਰੇ ਜਿੱਡੀ ਤੇ ਸਿੰਗਰਾਂ ਕੋਲ ਢੋਲਕੀ ਹੁੰਦੀ ਹੈ, ਤੂੰ ਕਿਹੜੇ ਹਿਸਾਬ ਨਾਲ ਸਿੰਗਰ ਬਣ ਜਾਣਾ? ਸਿੰਗਰ ਗਾਉਂਦੇ ਆ ਜਿੱਦਾਂ ਦਾ ਤੇਰਾ ਮੂੰਹ ਆ ਨਾ ਪੁੱਤਰ, ਇਹੋ ਜਿਹੀ ਲੁੱਕ ਇਕੱਠੀ ਕਰਕੇ ਢੋਲਕੀ ਦੇ ਅੰਦਰ ਲਾਉਂਦੇ ਹੀ ਹੋ, ਪਤਾ ਤੈਨੂੰ? ਮੈਡਮ ਜੀ ਤੁਸੀਂ ਇੱਕ ਪਾਸੇ ਆਟਾ ਵੀ ਲੱਗਦਾ। ਹਾਂਜੀ ਦੱਸੋ ਮੈਡਮ ਜੀ, ਕੀ ਗੱਲ ਕਰ ਰਹੀ ਮੇਰੇ ਬਾਰੇ? ਮੈਂ ਕਹਿ ਜੀ ਤੇਰੀ ਉਮਰ ਬੜੀ ਲੰਬੀ ਹੈ, ਮੈਂ ਤੈਨੂੰ ਹੁਣੇ ਯਾਦ ਕੀਤਾ ਸੀ ਬਸ। ਇਹੀ ਪ੍ਰੋਬਲਮ ਹੈ ਨਾ, ਉਮਰ ਲੰਬੀ ਹੈ, ਕੱਦ ਦਾ ਕੀ ਕਰੀਏ, ਉਹ ਵੀ ਕੋਈ ਉਪਾਅ ਦੱਸ। ਕੱਦ ਵੀ ਲੰਮਾ ਕਰੋ ਜੀ, ਉਮਰ ਤਾਂ ਚਲੋ ਹੈ ਹੀ ਹੈ ਜੀ। ਵਾਹ ਵਾਹ, ਉਹਦਾ ਫੇਰ ਤੂੰ ਕੋਸ਼ਿਸ਼ ਕਰਦੇ ਰਹੇ ਬਸ। ਕਾਹਦੀ ਜੀ? ਲੰਬੇ ਹੋਣ ਦੀ।
ਇਹ ਅੱਛਾ ਆਈਡੀਆ ਬਈ, ਇਹਨੂੰ ਕੰਟੀਨਿਊ ਕਰ, ਸ਼ਾਇਦ ਤੈਨੂੰ ਇੱਕ ਨਾ ਇੱਕ ਦਿਨ ਮੰਜ਼ਿਲ ਮਿਲੇਗੀ। ਮੰਜ਼ਿਲ ਨਹੀਂ ਮਿਲੀ ਨਾ ਪੁੱਤਰ, ਤੀਸਰੀ ਮੰਜ਼ਿਲ ਤੋਂ ਛਾਲ ਮਾਰੀ ਫਿਰ ਮਿਲੇਗੀ।